ਸੀਐਮ ਸਾਹਿਬ ਕਰ ਰਹੇ ਜੀ ਖੇਡਾਂ ਪੰਜਾਬ ਦੀਆਂ ਕਰ ਰਹੇ ਆ, ਉਹਨਾਂ ਨੂੰ ਪੰਜਾਬ ਨੂੰ ਖੁਦੋਂ ਬਣਾ ਤਾ। ਪੰਜਾਬ ਦੀ ਜਿਹੜੀ ਗੱਲ ਹੈ ਵੀ ਇੱਕ ਪ੍ਰਿੰਸੀਪਲ ਸੈਕਟਰੀ ਜਾ ਕੇ ਮਿਨਿਸਟਰ ਫਰਟੀਲਾਈਜ਼ਰ ਨੂੰ ਉਹਨਾਂ ਨੂੰ ਮਿਲ ਰਿਹਾ, ਕੈਮੀਕਲ ਫਰਟੀਲਾਈਜ਼ਰ ਉਹਨਾਂ ਨੂੰ ਨੱਡਾ ਜੀ ਨੂੰ ਮਿਲ ਰਿਹਾ। ਭਗਵੰਤ ਮਾਨ ਜੀ ਦੇ ਰੋਜ਼ ਤਾਂ ਹਵਾਈ ਜਹਾਜ਼ 'ਚ ਚੜ੍ਹੇ ਫਿਰਦੇ, ਕਰੋੜਾਂ ਰੁਪਈਏ ਹੈਲੀਕਾਪਟਰ 'ਤੇ ਫੂਕਤੇ, ਹਵਾਈ ਜਹਾਜ਼ 'ਤੇ ਫੂਕਤੇ, ਜਾ ਕੇ ਪਰਸਨਲ ਗੱਲ ਕਰਨ, ਚਿੱਠੀ ਭੇਜਤੀ, ਚਿੱਠੀਆਂ ਤਾਂ ਰੋਜ਼ ਕੱਢਦੇ ਸਭ, ਚਿੱਠੀਆਂ ਹੋਰ ਕੱਢ ਦਿਓ, ਕੋਈ ਕੱਢ ਦਿਓ, ਸਭ ਸੀਰੀਅਸ ਹੈ ਨਹੀਂ ਪੰਜਾਬ ਦੇ ਮੁੱਦੇ ਨੂੰ ਲੈ ਕੇ। ਫਿਰ ਕੱਲ੍ਹ ਕਹਿਣਗੇ ਬੀਜੇਪੀ ਸਾਡੀ ਗੱਲ ਨਹੀਂ ਸੁਣਦੀ, ਸਾਨੂੰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਮੁੱਖ ਮੰਤਰੀ ਸਾਹਿਬ, ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ, ਆਪਣੀ ਜ਼ਿੰਮੇਵਾਰੀ ਉਹ ਭੁੱਲ ਹੀ ਗਏ। ਉਹਨਾਂ ਦੇ ਤਾਂ ਹੈ ਵੀ ਮੇਰੇ ਚੀਫ ਮਿਨਿਸਟਰੀ ਸੂਤ ਆਈ ਹੈ, ਜਿੰਨੇ ਦਿਨ ਆਈ ਹੈ ਮੌਜ ਕਰ ਲਾਂ, ਕਿਉਂਕਿ ਅੱਜ ਕੱਲ੍ਹ ਫਿਰ ਉਹਨਾਂ 'ਤੇ ਵੀ ਸਾਇਆ ਮੰਡਰਾਉਣ ਲੱਗਿਆ, ਜਿਹੜੇ ਹੈ ਜਿਸ ਤਰ੍ਹਾਂ ਪੰਜਾਬ 'ਤੇ ਕਾਲੇ ਬੱਦਲ ਮੰਡਰਾ ਰਹੇ, ਉਹ ਮੇਰੇ ਖਿਆਲ ਚੱਡਾ ਸਾਹਿਬ ਫਿਰ ਆਏ ਖੜੇ ਹੈ, ਵਿਚਾਲੇ ਤਾਂ ਤੁਰ ਗਏ ਸੀਗੇ, ਫਿਰ ਅੱਜ ਕੱਲ੍ਹ ਆ ਕੇ ਮੇਰੇ ਖਿਆਲ ਇੱਥੇ ਪੈਂਠ ਬਣਾ ਲਈ ਉਹਨਾਂ ਨੇ, ਸਾਰੇ ਅਫਸਰ ਉਫਸਰ ਜਾ ਕੇ ਟਿਕਣ ਲੱਗੇ, ਅਤੇ ਉਹ ਆਦਾ ਵੀ ਜਿੰਨੇ ਭੱਜਦੇ ਤਾਂ ਜਿੰਨੇ ਦਿਨ ਸਮੇਟ ਲਓ, ਜ਼ਿੰਮੇਵਾਰੀ ਹੈ ਭਗਵੰਤ ਮਾਨ ਜੀ, ਬਹੁਤ ਵੱਡੀ ਜ਼ਿੰਮੇਵਾਰੀ ਹੈ, ਇੱਕ ਬਹੁਤ ਮੌਕਾ ਹੈ ਨਾਮ ਕਮਾਉਣ ਦਾ, ਨਾਮ ਕਮਾਓ, ਕੋਈ ਕੰਮ ਕਰਕੇ ਜਾਓ, ਨਹੀਂ ਤਾਂ ਮੁੱਖ ਮੰਤਰੀ ਤਾਂ ਇੱਥੇ ਚੰਨੀ ਸਾਹਿਬ ਵੀ ਹੋ ਕੇ ਤੁਰ ਗਏ ਸਾਹਿਬ, ਉਹ ਜਿਹਾ ਹੀ ਹਾਲ ਤੁਹਾਡਾ ਹੋਊਗਾ।